ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਦਿਨ ਰਾਤ ਜਿਵੇਂ ਵੈਟ ਦੇ ਵਿੱਚ ਬੜੋਤਰੀ ਕੀਤੀ ਗਈ ਤਾਂ ਵੈਟ ਵਧਣ ਤੋਂ ਬਾਅਦ ਹੀ ਹੈ ਪੈਟਰੋਲ ਅਤੇ ਡੀਜ਼ਲ ਦੇ ਕਰੀਬ 2 ਰੁਪਏ ਰੇਟ ਵੱਧ ਚੁੱਕੇ ਨੇ। ਪਰ ਅਸਲ ਕਾਰਨ ਇਸ ਦੇ ਕੀ ਨੇ, ਕਿਸ ਤਰ੍ਹਾਂ ਦੇ ਨਾਲ ਜਿਹੜਾ ਸੈਂਟਰ ਗਵਰਨਮੈਂਟ ਕਰਨੀ ਉਹ ਵੀ ਜਿਹੜੀ ਐਕਸਾਈਜ਼ ਵਧਾਈ ਗਈ ਹੈ ਪਰ ਉਸ ਦਾ ਫਰਕ ਆਮ ਲੋਕਾਂ ਤੇ ਨਹੀਂ ਪਿਆ। ਦਿੱਲੀ ਅਤੇ ਪੰਜਾਬ ਨੇ ਜਿਸ ਤਰ੍ਹਾਂ ਦੇ ਨਾਲ ਵੈਟ ਵਧਾਇਆ ਉਸ ਦਾ ਫਰਕ ਜ਼ਰੂਰ ਆਮ ਲੋਕਾਂ ਦੀ ਜੇਬ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਆਖਿਰਕਾਰ ਇਹ ਪੂਰੀ ਜਿਹੜੀ ਸ਼ੁਰੂਆਤ ਹੋਈ, ਕਿਉਂਕਿ ਤੁਸੀਂ ਲਗਾਤਾਰ ਖਬਰਾਂ ਸੁਣ ਰਹੇ ਸੀਗੇ ਕਿ ਜਿਹੜਾ ਕੱਚਾ ਤੇਲ ਹੈ ਉਹਦੇ ਰੇਟ ਘਟ ਰਹੇ ਨੇ, ਪਰ ਰੇਟਾਂ ਦੇ ਵਿੱਚ ਤੇਲ ਕੰਪਨੀਆਂ ਵੱਲੋਂ ਕੋਈ ਫਰਕ ਨਹੀਂ ਪਾਇਆ ਗਿਆ। ਉਸ ਤੋਂ ਬਾਅਦ ਹੀ ਜੇ ਕਹੀਏ ਕਿ ਸੈਂਟਰਲ ਗਵਰਨਮੈਂਟ ਵੱਲੋਂ ਹੈ ਇਹ ਫੈਸਲਾ ਕੀਤਾ ਗਿਆ, ਜਿਹੜਾ ਕਿ ਇੱਕ ਵਿਸ਼ੇਸ਼ ਬੋਰਡ ਬਣਿਆ ਹੋਇਆ ਹੈ ਪੂਰੇ ਟੈਕਸੀਜ਼ ਨੂੰ ਰਿਵਿਊ ਕਰਦਾ, ਤਾਂ ਉਹਨਾਂ ਵੱਲੋਂ ਇੱਕ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ, ਜਿਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਦਿਨ ਰਾਤ ਹੈ ਜਿਹੜਾ ਪੈਟਰੋਲ ਤੇ ਲੱਗਿਆ ਹੋਇਆ ਜਿਹੜਾ ਸ਼ੁਲਕ ਸੀਗਾ ਉਹਨੂੰ 10 ਰੁਪਏ ਅਤੇ ਡੀਜ਼ਲ ਤੇ 13 ਰੁਪਏ ਪ੍ਰਤੀ ਲੀਟਰ ਵਧਾਉਣ ਦੀ ਹੈ ਜਿਹੜੀ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਜੇ ਕਹੀਏ ਕਿ ਇਹਦਾ ਅਸਰ ਆਮ ਲੋਕਾਂ 'ਤੇ ਨਹੀਂ ਪਿਆ, ਪਰ ਕੇਂਦਰ ਸਰਕਾਰ ਦੀ ਆਮਦਨੀ ਜ਼ਰੂਰ ਵੱਧ ਗਈ, ਜੋ ਕਿ ਪੈਸਾ ਤੇਲ ਕੰਪਨੀਆਂ ਕੋਲ ਜਾ ਰਿਹਾ ਸੀ ਉਹਦੇ ਵਿੱਚ ਹੁਣ ਜਿਹੜਾ ਇੱਕ ਜੇ ਕਹੀਏ ਕਿ ਪੂਰਾ ਟੈਕਸ ਕਰੈਕਸ਼ਨ ਹੋਵੇਗੀ ਉਹ 1,60,000 ਕਰੋੜ ਦੇ ਅਨੁਮਾਨ ਹੈ ਕਿ ਸੈਂਟਰ ਗੌਰਮੈਂਟ ਨੂੰ ਹੋਏਗੀ, ਪਰ ਉਹਦਾ ਫਰਕ ਹੈ ਆਮ ਜਨਤਾ 'ਤੇ ਪੈਂਦਾ ਹੋਇਆ ਨਜ਼ਰ ਨਹੀਂ ਆਏਗਾ। ਨਾਲੋਂ ਨਾਲ ਤੁਹਾਨੂੰ ਦੱਸੀਏ ਕਿ ਜਿਸ ਤਰ੍ਹਾਂ ਦੇ ਨਾਲ ਇਹ ਵਾਧਾ ਸ਼ੁਰੂ ਹੋਇਆ ਤਾਂ ਇਸ ਬੋਰਡ ਵੱਲੋਂ ਇੱਕ ਪੂਰਾ ਰਿਵਿਊ ਕੀਤਾ ਗਿਆ, ਜੋ ਕਿ ਸੈਂਟਰ ਗੌਰਮੈਂਟ ਦਾ ਬੋਰਡ ਬਣਿਆ ਹੋਇਆ, ਜਿਹਦੇ ਵਿੱਚ ਜਿਹਦੇ ਮੁਤਾਬਕ ਪੈਟਰੋਲ 'ਤੇ ਜਿਹੜਾ ਕਿ 2 ਰੁਪਏ ਪ੍ਰਤੀ ਲੀਟਰ, ਰੋਡ ਸੈਸ 8 ਰੁਪਏ ਪ੍ਰਤੀ ਲੀਟਰ, ਅਤੇ ਨਾਲੋਂ ਨਾਲ ਜੇ ਗੱਲ ਕੀਤੀ ਜਾਵੇ ਡੀਜ਼ਲ 'ਤੇ 5 ਰੁਪਏ ਪ੍ਰਤੀ ਲੀਟਰ ਹੈ ਜਿਹੜਾ ਉਹ ਬੜੋਤਰੀ ਦਾ ਐਲਾਨ ਕੀਤਾ ਗਿਆ। ਇਹਦੇ ਨਾਲ ਹੀ ਜਿਹੜਾ ਪੈਟਰੋਲ ਦਾ ਉਤਪਾਦਕ ਸ਼ੁਲਕ ਸੀਗਾ ਉਹ 32.98 ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 31.83 ਰੁਪਏ ਪ੍ਰਤੀ ਲੀਟਰ ਹੋ ਗਿਆ। ਨਰਿੰਦਰ ਮੋਦੀ ਦੀ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ 2014 'ਚ ਜਦੋਂ ਸੱਤਾ ਦੇ ਵਿੱਚ ਆਏ ਸੀਗੇ ਤਾਂ ਉਸ ਟਾਈਮ ਦੇ ਵਿੱਚ ਪੈਟਰੋਲ 'ਤੇ 9.48% ਅਤੇ ਡੀਜ਼ਲ 'ਤੇ 3.56 ਰੁਪਏ ਜਿਹੜਾ ਹੈਗਾ ਪ੍ਰਤੀ ਲੀਟਰ ਹੈਗਾ ਸੀਗਾ, ਜਿਸਦਾ ਮਤਲਬ ਹੈ ਕਿ ਐਕਸਾਈਜ਼ ਡਿਊਟੀ ਅਤੇ ਰੋਡ ਸੈਸ ਜਿਹੜਾ ਵਧਣ ਦੇ ਬਾਵਜੂਦ ਲੋਕਾਂ 'ਤੇ ਇਸਦਾ ਅਸਰ ਨਹੀਂ ਹੁੰਦਾ ਹੋਇਆ ਨਜ਼ਰ ਆਇਆ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਪੰਜਾਬ ਨੇ ਜਿਹੜਾ ਪੈਟਰੋਲ 'ਤੇ ਹੈਗਾ 20.11% ਅਤੇ 30.30% ਹੈ ਜਿਹੜਾ ਕਰ ਦਿੱਤਾ ਗਿਆ, ਯਾਨੀ ਕਿ ਪਹਿਲਾਂ ਜੋ ਪੰਜਾਬ ਦੇ ਵਿੱਚ ਪੈਟਰੋਲ 'ਤੇ ਵੈਟ ਸੀਗਾ ਉਹ 20.11% ਸੀ, ਪਰ ਉਸ ਤੋਂ ਬਾਅਦ ਇਹਨੂੰ ਵਧਾ ਕੇ ਹੁਣ 23.30% ਕਰ ਦਿੱਤਾ ਗਿਆ। ਡੀਜ਼ਲ 'ਤੇ ਜੇ ਵੈਟ ਦੀ ਗੱਲ ਕੀਤੀ ਜਾਵੇ ਤਾਂ ਉਹ 11.80% ਸੀ, ਜਿਹਨੂੰ ਹੁਣ 15.15% ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਦਿੱਲੀ ਪੰਜਾਬ ਤੋਂ ਪਹਿਲਾਂ ਜਿਹੜਾ ਕਿ ਅਸਮ ਤੇਲੰਗਾਨਾ ਵਰਗੀਆਂ ਸਟੇਟਾਂ ਵੀ ਇਹ ਰੇਟ ਵਧਾ ਚੁੱਕੀਆਂ ਹੈਗੀਆਂ ਨੇ। ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਅਸੀਂ ਤੁਹਾਨੂੰ ਹਿਸਟਰੀ ਦੱਸੀ ਉਹਦਾ ਮਤਲਬ ਇਹ ਸੀਗਾ ਕਿ ਕੱਚੇ ਤੇਲ ਨੂੰ ਲੈ ਕੇ ਲੋਕਾਂ ਦੇ ਦਿਮਾਗ 'ਚ ਲਗਾਤਾਰ ਇਹ ਇੱਕ ਬਣਿਆ ਹੋਇਆ ਸੀ ਸੁਸੰਬੰਧ ਕਿ ਜਦੋਂ ਕੱਚੇ ਤੇਲ ਦੇ ਰੇਟ ਘੱਟ ਰਹੇ ਨੇ ਤਾਂ ਆਖਿਰਕਾਰ ਤੇਲ ਕੰਪਨੀਆਂ ਨੇ ਇਹ ਰੇਟ ਕਿਉਂ ਨਹੀਂ ਘਟਾਇਆ। ਉਸ ਦੇ ਬਾਵਜੂਦ ਹੁਣ ਇਹ ਚਾਹੀਦਾ ਸੀਗਾ ਕਿ ਜੇਕਰ ਕੱਚੇ ਤੇਲ ਦੇ ਰੇਟ ਘਟੇ ਨੇ ਤੇਲ ਕੰਪਨੀਆਂ ਨੇ ਜਿੰਨਾ ਟਾਈਮ ਵੀ ਇਹ ਕੱਢ ਦਿੱਤਾ ਹੈ ਉਸ ਦੌਰਾਨ ਲੋਕਾਂ ਦੀ ਜੇਬ 'ਤੇ ਅਸਰ ਪੈਣਾ ਚਾਹੀਦਾ ਸੀ, ਯਾਨੀ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਬਹੁਤ ਸਾਰੇ ਲੋਕਾਂ ਦੀ ਨੌਕਰੀਆਂ 'ਤੇ ਆ ਚੱਲੀ ਹੈਗੀ ਆ, ਤਾਂ ਇਸ ਔਖੇ ਮਾਹੌਲ ਦੇ ਵਿੱਚ ਲੋਕਾਂ ਨੂੰ ਇਹ ਫਾਇਦਾ ਮਿਲਣਾ ਚਾਹੀਦਾ ਸੀ। ਪਰ ਸੈਂਟਰ ਗੌਰਮੈਂਟ ਨੇ ਕੀ ਕੀਤਾ ਕਿ ਆਪਦੇ ਬੋਰਡ ਵੱਲੋਂ ਇਹ ਪੂਰਾ ਰਿਵਿਊ ਕੀਤਾ ਗਿਆ, ਉਸ ਬੋਰਡ ਦੇ ਵਿੱਚ ਹੁਣ ਫਾਇਦਾ ਜਿਹੜਾ 1,60,000 ਕਰੋੜ ਰੁਪਏ ਦਾ ਉਹ ਸੈਂਟਰ ਗੌਰਮੈਂਟ ਨੂੰ ਤਕਰੀਬਨ ਹੁੰਦਾ ਹੋਇਆ ਨਜ਼ਰ ਆਏਗਾ। ਪਰ ਪੰਜਾਬ ਨੇ ਜਿਹੜਾ ਦਿਨ ਰਾਤ ਜਿਸ ਤਰ੍ਹਾਂ ਦੇ ਨਾਲ ਵੈਟ ਦੀ ਜਿਹੜੀ ਆ ਪਰਸੈਂਟੇਜ ਵਧਾਈ ਉਹਦੇ ਨਾਲ ਕਰੀਬ 2 ਰੁਪਏ ਪੰਜਾਬ ਦੇ ਵਿੱਚ ਹੁਣ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਚੁੱਕਿਆ ਹੈਗਾ। ਕਿਹਾ ਜਾ ਸਕਦਾ ਕਿ ਜੋ ਸੈਂਟਰ ਗੌਰਮੈਂਟ ਦੀ ਗਾਈਡਲਾਈਨਸ ਸੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਝਟਕਾ ਲੱਗਿਆ, ਯਾਨੀ ਕਿ ਨਿੱਜੀ ਫਾਇਦਾ ਉਹਨਾਂ ਨੂੰ ਹੋ ਗਿਆ, ਪਬਲਿਕ ਨੂੰ ਕੋਈ ਫਾਇਦਾ ਨਹੀਂ ਹੋਇਆ। ਦੂਜੇ ਪਾਸੇ ਪੰਜਾਬ ਦੇ ਵਿੱਚ ਜਦੋਂ ਉਹ ਸੈਂਟਰ ਦੇ ਜਿਹੜੇ ਆਰਡਰ ਨੇ ਜਦੋਂ ਜਾਰੀ ਹੁੰਦੇ ਨੇ ਤਾਂ ਆਮ ਲੋਕਾਂ 'ਤੇ ਇਸਦਾ ਅਸਰ ਨਹੀਂ ਹੋਣਾ ਸੀ, ਪਰ ਪੰਜਾਬ ਨੇ ਆਪਦਾ ਰੈਵਨਿਊ ਵਧਾਉਣ ਦੇ ਵਾਸਤੇ ਕਹਿ ਸਕਦੇ ਹਾਂ ਵੈਟ ਦੇ ਵਿੱਚ ਬੜੋਤਰੀ ਕਰਤੀ, ਜਿਵੇਂ ਕਿ ਤੇਲੰਗਾਨਾ, ਦਿੱਲੀ, ਅਸਮ ਵਰਗੀਆਂ ਸਟੇਟਾਂ ਇਹ ਪਹਿਲਾਂ ਕਰ ਚੁੱਕੀਆਂ ਨੇ। ਕਿਹਾ ਜਾ ਸਕਦਾ ਕਿ ਬੇਸ਼ੱਕ ਕੱਚੇ ਤੇਲ ਦੇ ਰੇਟ ਘੱਟ ਹੋਏ ਪਰ ਇਸਦਾ ਆਮ ਜਨਤਾ ਨੂੰ ਤਾਂ ਨਹੀਂ, ਸਰਕਾਰਾਂ ਨੂੰ ਇਸਦਾ ਜ਼ਰੂਰ ਫਾਇਦਾ ਹੋਇਆ, ਜਦਕਿ ਲੋਕ ਇਹ ਉਮੀਦ ਲਗਾਏ ਬੈਠੇ ਸੀ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਜਨਤਾ ਦੀ ਜੇਬ ਦੇ ਵਿੱਚ ਕੁਛ ਪੈਸਿਆਂ ਦੀ ਬੱਚਤ ਹੋ ਸਕਦੀ, ਜਦਕਿ ਇਹ ਕੋਰੋਨਾ ਵਰਗੀ ਮਹਾਮਾਰੀ ਦੇ ਚੱਲਦੇ ਲੋਕਡਾਊਨ ਅਤੇ ਕਰਫਿਊ ਲਗਾਤਾਰ ਬਣਿਆ ਹੋਇਆ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਦਿਨ ਰਾਤ ਜਿਵੇਂ ਵੈਟ ਦੇ ਵਿੱਚ ਬੜੋਤਰੀ ਕੀਤੀ ਗਈ ਤਾਂ ਵੈਟ ਵਧਣ ਤੋਂ ਬਾਅਦ ਹੀ ਹੈ ਪੈਟਰੋਲ ਅਤੇ ਡੀਜ਼ਲ ਦੇ ਕਰੀਬ 2 ਰੁਪਏ ਰੇਟ ਵੱਧ ਚੁੱਕੇ ਨੇ। ਪਰ